guys, good morning. ਅੱਜ ਅਸੀਂ ਜਾ ਰਹੇ ਆ ਦੇਹਰਾਦੂਨ। ਆ ਵੇਖੋ ਮੇਰਾ ਕੱਲ ਦਾ ਸਾਰਾ ਕੰਮ ਇੱਥੇ ਪ੍ਰੋਜੈਕਟ ਰੁਕ ਗਿਆ ਹੈ। ਕੱਪੜੇ ਵੇਖੋ ਧੋ ਕੇ ਰੱਖੇ ਹੋਏ ਨੇ। ਇਟਸ 5:30 ਇਨ ਦਾ ਮਾਰਨਿੰਗ। ਹੈਲੋ ਸਤਨਾਮ, ਵੇਖੋ ਹਾਬੀ ਸਵੇਰੇ ਸਵੇਰੇ ਗ੍ਰੀਨ ਟੀ ਬਣਾਉਂਦੇ ਨੇ। ਮੇਰੇ ਲਈ ਵੀ ਬਣਾਈ ਜੀ। ਸਾਰਾ ਦਹੀਂ ਵੈਸੇ ਨਾ ਗਰਮੀ ਚ ਦਹੀਂ ਦੁੱਧ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਬੈਸਟ ਆਪਸ਼ਨ ਹੈ ਕਿ ਦਹੀਂ ਜਮਾ ਦੋ। ਕੀ ਆਖਿਆ ਜੇ? ਮੈਂ ਕਹਿੰਦਾ ਜ਼ਰੂਰੀ 10-10 ਲੀਟਰ ਦੁੱਧ ਲੈ ਕੇ। ਨਹੀਂ ਜੇ ਬਚ ਹੀ ਜਾਏ ਤੇ ਬਚੇ ਕਰ ਰਹੀ ਜੇ ਬਚ ਜੇ ਤੇ ਹੋਰ ਦਹੀਂ ਜਮਾ ਦੋ। ਦਹੀਂ ਤੇ ਬਾਸਾ ਵੀ ਖਾਦਾ ਜਾਏਗਾ। ਅਸੀਂ ਡਿਸਕਸ ਕਰ ਰਹੇ ਹਾਂ ਜੀ ਸਮਝ ਵਿੱਚ ਤੁਹਾਡਾ ਦੁੱਧ ਬਚ ਜਾਏ ਤੇ ਉਹਨੂੰ ਬੈਸਟ ਆਪਸ਼ਨ ਉਹਨੂੰ ਸੇਵ ਕਰਨ ਦਿਓ, ਦਹੀਂ ਜਮਾ ਦਿਓ। ਰੋਟੀ ਬਣ ਗਈ, ਤੁਹਾਨੂੰ ਮਿਲਾਂਗੀ ਮੈਂ ਰੈਡੀ ਹੋਣ ਤੋਂ ਬਾਅਦ। ਹਾਂ ਬਾਤ ਬਿਠਾ ਦਿਓ, ਸਹੀ ਦੇ ਬੈਠੇ ਹਾਂ ਅਸੀਂ। ਤੁਹਾਨੂੰ ਪਤਾ ਨਹੀਂ ਅੱਜ ਤਾਂ ਵੇਖੋ ਤੇ ਹੈਲੋ ਕਰਨਾ ਚਾਹੀਦਾ, ਹਾਈ ਕਰਨਾ ਚਾਹੀਦਾ। ਜਾ ਰਹੀ ਹਾਂ ਮੈਂ ਆਪਣੇ ਬੇਟੇ ਦੀ ਸਕੂਲ ਦੀ ਫੀਸ ਜਮ੍ਹਾਂ ਕਰਨ ਵਾਸਤੇ ਸਕੂਲ। ਨਾ ਮੂੰਹ ਦੇ ਉੱਤੇ ਨਾ ਮੇਰੇ ਆ ਜਿਹੜੇ ਰੈਸ਼ਿਸ ਜਿਹੇ ਹੋਏ ਉਹਦੇ ਨਾਲ ਦਾਗ ਹੀ ਪੈ ਗਏ ਨੇ ਇਹਨਾਂ ਦੇ ਜ਼ਿਆਦਾ। ਪਤਾ ਨਹੀਂ ਹਟਣਗੇ ਵੀ ਕਿ ਨਹੀਂ। ਪਵਿੱਤਰ ਸਿੰਘ ਏਅਰ ਥਰਾਈਨ ਮਿਹਨਤ ਜੀ ਕਰਨ ਡਿਆ ਉਹਨਾਂ ਦੀ ਨਾ ਭੱਠੀ ਹੈ ਕੋਲ ਤੁਰ ਜਾ ਤੇ ਸੇਕ ਜਾ ਮਿਲੇਗਾ ਹਨਾ। ਠੰਡ ਲੱਗਣ ਡਈ ਹੈ ਨਾ।
ਜਿੰਨਾ ਰਜਾਈਆਂ ਹੈਗੀਆਂ ਨਾ ਪੂਰਾ ਇੰਤਜ਼ਾਮ ਜਲੇਬੀ ਕਾਲੇ ਜਾਮ ਰਸ ਮਲਾਈ ਵੀ ਗਰਮ ਰੂਮ ਟੈਂਪਰੇਚਰ ਤੇ ਹੋਏਗੀ ਤੂੰ ਮੈਨੂੰ ਕੀ ਐਂਟਰਟੇਨਿੰਗ ਕਰਕੇ ਵਿਖਾਣਾ ਵਾ ਡਾਂਸ ਕਰਕੇ ਵਿਖਾਣਾ ਕੋਈ ਗਾਣਾ ਸੁਣਾ ਚੱਲ ਯੂ ਵੀ ਗਾਣਾ ਸੁਣਾ ਵੈਰੀ ਗੁੱਡ ਤਮੇ ਸੀ ਕਸੀਟੋ ਤੁਸੀਂ ਡਾਂਸ ਦੀ ਡਾਂਸ ਹੀ ਨਹੀਂ ਸਿੱਖਦੇ ਇਹ ਪ੍ਰੈਕਟਿਸ ਕਰਦਾ ਹੀ ਪਾਣੀ ਪੀਂਦੇ ਉਹ ਵੀ